हेलो, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਾਰਿਆਂ ਦੇ? ਠੀਕ ਹੋ? ਜਿਹੜੇ ਜਿਹੜੇ ਫਰੈਂਡਸ ਸਾਡੇ ਨਾਲ ਜੁੜ ਗਏ ਨੇ, ਦੱਸ ਦਿਓ ਕੌਣ ਕੌਣ ਜੁੜ ਗਿਆ। ਔਰ ਦੱਸ ਦਈਏ ਕਿ ਫਲਾਇਰ ਦੇਖ ਕੇ ਤੁਹਾਨੂੰ ਸਮਝ ਆ ਗਈ ਹੋਣੀ ਕਿ ਮੇਲਾ ਜੀ ਇਸ ਸਾਲ ਕਰੋਨਾ ਕਰਕੇ ਅਸੀਂ ਮੇਲਾ ਨਹੀਂ ਕਰ ਪਾਵਾਂਗੇ। ਸੈਡ ਵੀ ਹੈ, ਲੇਕਿਨ ਸੇਫਟੀ ਬਹੁਤ ਜ਼ਰੂਰੀ ਹੈ ਸਾਰਿਆਂ ਦੀ। ਔਰ ਸੇਫਟੀ ਕਰਕੇ ਡਿਸੀਜਨ ਦਿੱਤਾ ਗਿਆ ਕਿ ਇਹਨੂੰ ਜੀ ਅਸੀਂ ਇਸ ਸਾਲ ਨਾ ਕਰੀਏ। ਔਰ ਕਰੋਨਾ ਤੋਂ ਬਾਅਦ, ਕੋਵਿਡ ਜਦੋਂ ਖਤਮ ਹੋਵੇ ਉਸ ਤੋਂ ਬਾਅਦ ਇਹਨੂੰ ਕਰੀਏ। ਹਰੇਕ ਦੀ ਲਾਈਫ ਬਹੁਤ ਇੰਪੋਰਟੈਂਟ ਹੈ, ਅਤੇ ਇਸ ਕਰਕੇ ਬੜੇ ਸਾਰੇ ਫੋਨ ਕਾਲਸ ਆ ਰਹੇ ਸੀ ਫਰੈਂਡਸ ਦੇ, ਫੈਮਿਲੀਜ਼ ਦੇ, ਵੈਂਡਰਸ ਦੇ ਕਿ ਕਦੋਂ ਹੋ ਰਿਹਾ ਮੇਲਾ, ਕਿਉਂਕਿ ਕੈਂਸਲੇਸ਼ਨ ਦੀ ਡੇਟ ਨਹੀਂ ਪਾਈ ਸੀ ਹਲੇ। ਸੋ ਹੁਣ ਆਲਰੇਡੀ ਮੈਂ ਸੋਚਿਆ ਕਿ ਤੁਹਾਡੇ ਨਾਲ ਰੂਬਰੂ ਹੋ ਕੇ ਪਲੇਟਫਾਰਮ ਹੈਗਾ ਅਤੇ ਉਹਨੂੰ ਯੂਜ਼ ਕੀਤਾ ਜਾਵੇ, ਬਜਾਏ ਕਿ ਮੈਂ ਇੰਡੀਵਿਜੁਅਲੀ ਇੱਕ ਇੱਕ ਨੂੰ ਮੈਸੇਜ ਪਾਵਾਂ ਔਰ ਦੱਸਾਂ ਕਿ ਮੇਲਾ ਕੈਂਸਲ ਹੋ ਗਿਆ। ਅਫਸੋਸ ਦੀ ਵੀ ਗੱਲ ਹੈ, ਕਿਉਂਕਿ ਅਫਕੋਰਸ ਇਹ 9 ਸਾਲ ਪੂਰੇ ਹੋ ਜਾਣੇ ਸੀ ਇਸ ਸਾਲ, ਲੇਕਿਨ ਆਈ ਥਿੰਕ 2020 ਈਅਰ ਐਸਾ ਹੈ ਕਿ ਬੜੀ ਸਾਰੀ ਚੀਜ਼ਾਂ ਵਾਈਪ ਆਫ ਹੋ ਜਾਣਗੀਆਂ ਇਹਦੇ ਨਾਲ। ਔਰ ਵੈਰੀ ਸੈਡ, ਵਿਚ ਇਜ਼ ਵੈਰੀ ਸੈਡ, ਆਈ ਨੋ। ਲੇਕਿਨ ਅਗਰ ਤੁਹਾਡੇ ਕੋਲ ਕੋਈ ਕੁਐਸਚਨ ਹੈਗਾ ਤਾਂ ਡੂ ਕਾਲ ਮੀ। ਤੁਹਾਡੇ ਕੋਲ ਥੱਲੇ ਮੈਂ ਪੋਸਟ ਤੋਂ ਪਹਿਲੇ ਜਿਹੜੀ ਸਕਾਈਪ ਦਾ ਮੈਂ ਇੱਕ ਨੋਟੀਫਿਕੇਸ਼ਨ ਸੈਂਡ ਕੀਤਾ ਸੀਗਾ, ਅਤੇ ਉਹਦੇ ਨਾਲ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਅੱਜ ਮੇਰੇ ਨਾਲ ਜੁੜ ਸਕਦੇ ਹੋ, ਈਵਨ ਵੀਡੀਓ ਕਾਲ ਵੀ ਕਰ ਸਕਦੇ ਹੋ। ਯੈਸ, ਰੀਨਾ ਗਿੱਲ ਜੀ ਲਿਖਦੇ ਨੇ ਵਾਚਿੰਗ ਯੂ, ਥੈਂਕ ਯੂ ਜੀ। ਔਰ ਇਸ ਪੇਜ ਤੋਂ ਮੈਂ ਯੂਜਲੀ ਲਾਈਵ ਨਹੀਂ ਹੁੰਦੀ ਹਾਂ, ਪਰ ਅੱਜ ਹੋਣਾ ਪੈ ਗਿਆ। ਔਰ ਰੀਜ਼ਨ ਇਹ ਸੀਗਾ ਕਿ ਮੈਂ ਚਾਹੁੰਦੀ ਸੀ ਜ਼ਿਆਦਾ ਤੋਂ ਜ਼ਿਆਦਾ ਫਰੈਂਡਸ ਨੂੰ ਔਰ ਸਭ ਨੂੰ ਪਤਾ ਚੱਲ ਜਾਏ ਕਿ ਮੇਲਾ ਕੈਂਸਲ ਹੋ ਗਿਆ ਹੈ। ਸੋ ਇਹ ਰੀਜ਼ਨ ਹੈ ਜੀ। ਔਰ ਚਾਹਾਂਗੇ ਕਿ ਤੁਹਾਡੀ ਫੀਡਬੈਕ ਦੇਣਾ, ਦੱਸੋ ਤੁਹਾਡੇ ਕੀ ਵਿਚਾਰ ਨੇ। ਨਵੰਬਰ 25 ਦੀ ਡੇਟ ਸੀਗੀ, ਮੈਂ ਵੀਕ ਡੇ ਪਾਇਆ ਸੀ ਵੈਸੇ। ਰੀਜ਼ਨ ਇਹ ਸੀਗਾ ਕਿ 26 ਨੂੰ ਥੈਂਕਸਗਿਵਿੰਗ ਵੀਕਐਂਡ ਮਤਲਬ ਸ਼ੁਰੂ ਹੋ ਜਾਂਦਾ, 25 ਨੂੰ ਹੀ ਸ਼ੁਰੂ ਹੋ ਜਾਂਦਾ ਬੇਸਿਕਲੀ, ਅਤੇ ਇਹ ਰੀਜ਼ਨ ਸੀਗਾ। ਔਰ ਪੂਰੀ ਟੀਮ ਨੇ ਡਿਸੀਜਨ ਲਿੱਤਾ, PWCA ਯਾਨੀ ਕਿ ਪੰਜਾਬੀ ਵੁਮੈਨ ਕਲਚਰਲ ਐਸੋਸੀਏਸ਼ਨ ਦੀ ਪੂਰੀ ਟੀਮ ਨੇ ਡਿਸੀਜਨ ਲਿੱਤਾ ਕਿ ਸੇਫਟੀ ਜ਼ਿਆਦਾ ਜ਼ਰੂਰੀ ਹੈ। ਜਿੰਨੀ ਵੀ ਸਾਡੀ ਈਵਨ ਕਿ ਆਡੀਅੰਸ ਤੋਂ ਲੈ ਕੇ ਜਾਂ ਪਾਰਟਿਸਪੈਂਟਸ ਤੋਂ ਲੈ ਕੇ ਉਹ ਸਾਰਿਆਂ ਵਾਸਤੇ ਸੇਫਟੀ ਬਹੁਤ ਜ਼ਰੂਰੀ ਹੈ, ਭਾਵੇਂ ਉਹ ਵੈਂਡਰਸ ਹੋਣ ਜਾਂ ਫੂਡ ਵੈਂਡਰ ਹੋਵੇ, ਕਿਉਂਕਿ ਬਹੁਤ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇੰਨੀ ਕੁ ਤਾਦਾਦ ਦੇ ਵਿੱਚ ਆਡੀਅੰਸ ਹੋਵੇ। ਔਰ ਸਕੂਲ ਦੀ ਜਿਹੜੀ ਗਾਈਡਲਾਈਨਸ ਨੇ ਬਹੁਤ ਜ਼ਿਆਦਾ ਸਟ੍ਰਿਕਟ ਨੇ, ਮੈਨੂੰ ਨਹੀਂ ਲੱਗਦਾ ਕਿ ਉਹ ਫਾਲੋ ਹੋ ਸਕਦੀਆਂ ਸੀਗੀਆਂ। ਬਹੁਤ ਹੈਵੀ ਹਾਰਟ ਦੇ ਨਾਲ ਇਹ ਮੈਸੇਜ ਦੇਣਾ ਚਾਹ ਰਹੀ ਹਾਂ ਔਰ ਦੇ ਰਹੀ ਹਾਂ ਕਿ ਮੇਲਾ ਇਸ ਸਾਲ ਕੈਂਸਲ ਹੋਏਗਾ। ਹਾਲਾਂਕਿ ਮੈਂ ਇਹਨੂੰ ਡੇਟ ਚੇਂਜ ਕਰਦੀ ਆ ਰਹੀ ਹਾਂ, ਫਰੋਮ ਜੁਲਾਈ ਟੂ ਅਕਟੂਬਰ ਟੂ ਨਵੰਬਰ, ਲੇਕਿਨ ਇਹ ਨਹੀਂ ਪਤਾ ਸੀ ਕਿ ਕਰੋਨਾ ਨੇ ਸਾਨੂੰ ਇੰਨਾ ਕੁ ਹਾਲੇ ਦਾ ਸਾਡਾ ਬੁਰਾ ਰੱਖਣਾ, ਅਤੇ ਇਟਸ ਵੈਰੀ ਸੈਡ। ਅਤੇ ਜੇ ਸਕਰੀਨਸ਼ਾਟ ਕਰਨੀ ਹੈ ਕਰ ਸਕਦੇ ਹੋ, ਲੇਕਿਨ ਅਗਲੇ ਸਾਲ ਵਾਸਤੇ ਤੁਸੀਂ ਤਿਆਰੀ ਕਰ ਸਕਦੇ ਹੋ ਮਿਸ ਔਰ ਮਿਸਿਸ ਪੰਜਾਬਣ ਕੰਟੈਸਟ ਦੇ ਵਿੱਚ। ਥੋੜ੍ਹੀ ਜਿਹੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ, ਇਹ ਫਲਾਇਰ 'ਚੋਂ ਸਕਰੀਨਸ਼ਾਟ ਕਰ ਲਵੋ ਔਰ ਵੇਖਦੀ ਹਾਂ ਮੀਨ ਟਾਈਮ ਕਿ ਸਾਡੇ ਨਾਲ ਕੌਣ ਜੁਆਇਨ ਕੀਤਾ ਸੀਗਾ। ਸਾਡੇ ਕਿਸੇ ਮੈਂ ਜਾਣਦੀ ਨਹੀਂ, ਇੱਦਾਂ ਕਿਸੇ ਫਰੈਂਡ ਨੇ ਫੋਨ ਕੀਤਾ ਸੀਗਾ, ਵੈਰੀ ਸੌਰੀ ਗਾਈਸ। ਕੋਸ਼ਿਸ਼ ਕਰੋ ਕਿ ਫੀਮੇਲ ਹੀ ਸਾਨੂੰ ਕਾਲ ਕਰ ਸਕਣ, ਕਿਉਂਕਿ ਇਹ ਮੇਲਾ ਫੀਮੇਲ ਮੇਲਾ ਹੈ, ਜਾਂ ਅਨਲੈਸ ਕਿ ਤੁਸੀਂ ਵੈਂਡਰ ਹੋ, ਪਾਰਟੀਸਪੈਂਟ ਹੋ, ਔਰ ਜਾਂ ਆਡੀਅੰਸ ਫੀਮੇਲ ਆਡੀਅੰਸ ਹੀ ਸਾਨੂੰ ਜ਼ਿਆਦਾ ਜੁਆਇਨ ਕਰਦੀ ਹੈ, ਅਤੇ ਜਾਂ ਫਿਰ ਤੁਸੀਂ ਆਡੀਅੰਸ ਹੋ, ਤਾਂ ਮੈਂ ਚਾਹਾਂਗੀ ਕਿ ਅਗਰ ਤੁਹਾਡੇ ਕੋਲ ਕੋਈ ਕੁਐਸਚਨ ਹੈ ਤਾਂ ਡੂ ਆਸਕ। ਪਲਾਨ ਜ਼ਰੂਰ ਸੀਗਾ ਕਿ ਅਸੀਂ ਔਨਲਾਈਨ ਮਿਸ ਔਰ ਮਿਸਿਸ ਪੰਜਾਬਣ ਕੰਪੀਟੀਸ਼ਨ ਕਰ ਦਈਏ, ਲੇਕਿਨ ਉਹਦੇ ਲਈ ਬੜੀ ਸਾਰੀ ਪ੍ਰਿਪਰੇਸ਼ਨ ਔਰ ਟੀਮ ਵਰਕ ਚਾਹੀਦਾ। ਔਰ ਪਿੱਛੇ ਜੇ ਖੁਦ ਮੈਂ ਮੇਰੀ ਫੈਮਿਲੀ ਕਰੋਨਾ ਦੇ ਸ਼ਿਕਾਰ ਹੋਈ ਹੈ, ਮੇਰੀ ਬੇਟੀ, ਅਤੇ ਮੈਂ ਉਸ ਤੋਂ ਬਾਅਦ ਥੋੜ੍ਹਾ ਜਿਹਾ ਸ਼ੇਕਨ ਅਪ ਹੋਈ ਹਾਂ, ਮਤਲਬ ਥੋੜ੍ਹਾ ਜਿਹਾ ਸਕੇਅਰਡ ਹਾਂ ਕਿ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਔਨਲਾਈਨ ਦੇ ਵਿੱਚ ਵੀ ਤੁਹਾਨੂੰ ਫਿਰ ਵੀ ਦੋ ਤਿੰਨ ਬੰਦੇ ਜੱਜਿਸ ਹੋਣ ਔਰ ਥੋੜ੍ਹੀ ਜਿਹੀ ਟੀਮ ਚਾਹੀਦੀ ਹੁੰਦੀ ਹੈ। ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਮੈਂ ਇਕੱਲੀ ਕਰ ਪਾਵਾਂ ਅਗਰ ਔਨਲਾਈਨ ਕਰ ਰਹੀ ਹਾਂ, ਤਾਂ ਕਿ ਮੈਂ ਜਿਹੜੇ ਬਾਹਰਲੇ ਕੋਈ ਲੋਕ ਨੇ ਉਹਨਾਂ ਨੂੰ ਨਾ ਰਾਬਤਾ ਉਹਨਾਂ ਦੇ ਨਾਲ ਰੱਖਾਂ, ਨਾ ਹੀ ਉਹਨਾਂ ਨੂੰ ਫੇਸ ਟੂ ਫੇਸ ਮਿਲ ਪਾਵਾਂ। ਅਤੇ ਦੂਸਰਾ ਇਹ ਹੈ ਕਿ ਜੀ ਔਨਲਾਈਨ ਦੇ ਅਗਰ ਸਜੈਸ਼ਨਸ ਹੈ ਨੇ ਡੂ ਦੈਟ, ਤਾਂ ਕਿ ਅਸੀਂ ਵੇਖੀਏ ਕਿ ਸਾਡੀ ਜਿਹੜੀ ਆਡੀਅੰਸ ਹੈ, ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਉਹ ਕੀ ਚਾਹੁੰਦੀ ਹੈ।
ਕਿਉਂਕਿ ਬੜੇ ਸਾਰੀ ਕੁੜੀਆਂ ਦੇ ਕਾਲ ਆਏ ਕਿ ਮਿਸ ਔਰ ਮਿਸ ਦੀਆਂ ਪੰਜਾਬਣ ਕਦੋਂ ਹੋ ਰਿਹਾ ਜਾਂ ਫਿਰ ਅਸੀਂ ਆਨਲਾਈਨ ਕਰੀਏ। ਐਜ਼ ਆਈ ਸੈਡ ਕਿ ਇਹ ਪੋਸੀਬਲ ਹੋ ਸਕਦਾ ਹੈ, ਅਗਰ ਅਗਰ ਤੁਸੀਂ ਚਾਹੋ ਤਾਂ ਜ਼ਰੂਰ ਕਰ ਸਕਦੇ ਹਾਂ, ਲੇਕਿਨ ਉਹਦੇ ਵਾਸਤੇ ਫਿਰ ਸਾਰਿਆਂ ਦੀ ਫੀਡਬੈਕ ਚਾਹੀਦੀ ਹੈ, ਸਾਰਿਆਂ ਦੀ ਹੈਲਪ ਚਾਹੀਦੀ ਹੈ ਐਟਲੀਸਟ ਕਿ ਯੂ ਨੋ ਈਵਨ ਤੋ ਇਟਸ ਆਨਲਾਈਨ ਦਾ ਮਿਹਨਤ ਸ਼ੁੱਡ ਬੀ ਸੇਮ, ਕਿਉਂਕਿ ਕੁੜੀਆਂ ਨੇ ਉਨੀ ਹੀ ਮਿਹਨਤ ਲਾਉਣੀ ਹੈ ਆਪਣੀ ਜੀਤ ਹਾਸਲ ਕਰਨ ਵਾਸਤੇ, ਔਰ ਜੱਜਿਸ ਨੇ ਜਿਹੜੇ ਉਹਨਾਂ ਦਾ ਵੀ ਸੇਮ ਉਹੀ ਉਪਰਾਲਾ ਹੋਏਗਾ ਕਿ ਦ ਵੇ ਦੇ ਐਕਟ ਔਨ ਦਾ ਸਟੇਜ, ਦੇ ਵਿਲ ਬੀ ਵਾਚਿੰਗ ਯੂ ਥਰੂ ਦੀ ਟੀਵੀ ਸਕਰੀਨ ਔਰ ਕੰਪਿਊਟਰ ਸਕਰੀਨ ਤੇ। ਲੇਕਿਨ ਇਹ ਤੁਹਾਡੇ ਵਾਸਤੇ ਹੀ ਹੈ, ਅਗਰ ਤੁਹਾਡੀ ਫੀਡਬੈਕ ਆਏਗੀ ਤਾਂ ਅਸੀਂ ਕਰਾਂਗੇ, ਅਗਰ ਫੀਡਬੈਕ ਨਹੀਂ ਆਏਗੀ ਤੇ ਫਿਰ ਯੂ ਨੋ ਫਿਰ ਅਗਲੇ ਸਾਲ ਵੇਖਾਂਗੇ ਜਦੋਂ ਕਰੋਨਾ ਦਾ। ਆਈ ਹੋਪ ਸੋ ਕਿ ਹਰ ਹਾਲ 'ਚ ਕਰੋਨਾ ਅਗਲੇ ਸਾਲ ਤੱਕ ਖਤਮ ਹੋ ਜਾਏ। ਸੋ ਬੇਸਿਕ ਮਕਸਦ ਇਹ ਸੀ ਦੱਸਣ ਦਾ ਕਿ ਜੀ ਯੂ ਨੋ ਮੇਲਾ ਇਸ ਸਾਲ ਨਹੀਂ ਹੋ ਰਿਹਾ, ਇਟਸ ਵੈਰੀ ਸੈਡ, ਲੇਕਿਨ ਇਸ ਸਾਲ ਅਸੀਂ ਮੇਲਾ ਨਹੀਂ ਕਰ ਰਹੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸੇਫਟੀ ਕਰਕੇ, ਕਿਉਂਕਿ ਬਹੁਤ ਸਾਰੇ ਛੋਟੇ ਬੱਚੇ ਔਰ ਬਜ਼ੁਰਗ ਆਉਂਦੇ ਨੇ ਮੇਲੇ ਦੇ ਵਿੱਚ ਸਾਡੇ, ਔਰ ਥੋੜ੍ਹਾ ਜਿਹਾ ਹੈਗਾ ਕਿ ਗਾਈਡਲਾਈਨਸ ਬਹੁਤ ਜ਼ਿਆਦਾ ਸਟ੍ਰਿਕਟ ਨੇ। ਮਾਸਕ ਪਾ ਕੇ ਮੇਲਾ ਜ਼ਰੂਰ ਦੇਖਿਆ ਜਾ ਸਕਦਾ ਹੈ ਔਰ 6 ਫੀਟ ਅਪਾਰਟ ਰਹਿ ਕੇ ਵੀ ਦੇਖਿਆ ਜਾ ਸਕਦਾ ਹੈ, ਲੇਕਿਨ ਫਿਲਹਾਲ ਦੀ ਘੜੀ ਮੈਂ ਐਡਾ ਵੱਡਾ ਰਿਸਕ ਨਹੀਂ ਲੈਣਾ ਚਾਹੁੰਦੀ। ਮੈਂ ਦੇਖਿਆ ਹੋਰ ਬਥੇਰੇ ਸਾਰੀ ਜਗ੍ਹਾਵਾਂ 'ਤੇ ਇਵੈਂਟਸ ਹੋ ਰਹੇ ਨੇ ਔਰ ਦਿਲ ਵੀ ਕਰਦਾ ਉੱਥੇ ਜਾਣ ਨੂੰ, ਲੇਕਿਨ ਕਿਉਂ ਰਿਸਕ ਲੈਣਾ ਫੋਰ ਸਮਥਿੰਗ ਜਿਹੜੀ ਕਿ ਬਹੁਤ ਵੈਲਿਊਬਲ ਹੈ ਚੀਜ਼ ਲਾਈਫ। ਕਈਆਂ ਨੂੰ ਕਰੋਨਾ ਹੋ ਜਾਂਦਾ, ਠੀਕ ਵੀ ਹੋ ਜਾਂਦਾ, ਮੇਰੀ ਬੇਟੀ ਨੂੰ ਕੋਈ ਸਿੰਪਟਮਸ ਨਹੀਂ ਆਏ ਤੇ ਉਹ ਟੋਟਲੀ ਫਾਈਨ, ਲੇਕਿਨ ਕਈ ਨੇ ਜਿਹੜੇ ਉਹਨਾਂ ਨੂੰ ਵਾਹਿਗੁਰੂ ਆਪਣੇ ਕੋਲ ਲੈ ਜਾਂਦਾ, ਔਰ ਕਈ ਐਸੇ ਨੇ ਕਿ ਉਹਨਾਂ ਦੀ ਕੋਈ ਬਾਡੀ ਦਾ ਜਿਹੜਾ ਕੋਈ ਯੂ ਨੋ ਸਟਰੋਂਗ ਫੰਕਸ਼ਨ ਕਰਨ ਵਾਲੀ ਬਾਡੀ ਪਾਰਟ ਨਹੀਂ ਹੈ ਉਹਨੂੰ ਹੋਰ ਵੀਕ ਕਰਦਾ ਕਰੋਨਾ। ਸੋ ਇਟਸ ਸੋ ਬੈਟਰ ਹੈ ਕਿ ਅਸੀਂ ਸੋਰੀ ਫੀਲ ਕਰੀਏ ਤੇ ਉਹ ਤੋਂ ਬੈਟਰ ਹੈ ਕਿ ਆਪਾਂ ਉਹਨੂੰ ਅਵੋਇਡ ਕਰੀਏ। ਔਰ ਕੋਈ ਹੋਰ ਸੋਲਿਊਸ਼ਨ ਲੱਭਦੇ ਹਾਂ, ਸਾਰੇ ਸਾਰੇ ਜਣੇ ਫੀਡਬੈਕ ਦੇਣਾ। ਸਾਰੀ ਟੀਮ ਨੇ ਅਸੀਂ ਬੜੇ ਅਸੀਂ ਵੇਟ ਕਰ ਕਰਕੇ ਅਸੀਂ ਫਿਰ ਇਹ ਡਿਸੀਜਨ ਲਿੱਤਾ ਕਿ ਜੀ ਨਹੀਂ ਹੁਣ ਇਹਨੂੰ ਅਸੀਂ ਯੂ ਨੋ ਅਗਲੇ ਸਾਲ ਤੱਕ ਪਾਈਏ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ। ਸੈਡ ਵੀ ਹੈ ਲੇਕਿਨ ਇਹਨਾਂ ਇਹਨਾਂ ਸੇਮ ਸੇਮ ਟਾਈਮ ਕਿ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਏ। ਸੋ ਲਓ ਜੀ, ਡੂ ਗਿਵ ਅਸ ਫੀਡਬੈਕ ਐਂਡ ਲੈਟ ਅਸ ਨੋ ਕਿ ਔਨਲਾਈਨ ਮਿਸ ਔਰ ਮਿਸਿਸ ਦੀਆਂ ਪੰਜਾਬਣ ਕਰਨਾ ਚਾਹੀਦਾ ਹੈ ਜਾਂ ਨਹੀਂ, ਅਤੇ ਉਹਦੇ ਵਾਸਤੇ ਇਨਫੋਰਮੇਸ਼ਨ ਹੈ ਜਿਹੜੀ ਉਹ ਸੇਮ ਹੈ, ਜਿਹੜੇ ਪਾਰਟਿਸਪੈਂਟਸ ਨੇ ਜਿਹੜੇ ਲਾਸਟ ਈਅਰ ਦੇ ਵੀ ਉਹ ਅੱਗੇ ਪਾਸ ਔਨ ਪਲੀਜ਼ ਕਰ ਦੇਣ ਇਨਫੋਰਮੇਸ਼ਨ। ਜਾਂ ਫਿਰ ਤੁਸੀਂ ਪੰਜਾਬੀ ਵੁਮੈਨ ਕਲਚਰਲ ਐਸੋਸੀਏਸ਼ਨ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ 'ਤੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਮੋਨੀ ਗਿੱਲ ਦਾ ਪੇਜ ਹੈ ਉਹਦੇ ਤੋਂ ਲੈ ਸਕਦੇ ਹੋ, ਰੁਪਿੰਦਰ ਭੈਣਜੀ ਨੇ ਜਿਹੜੇ ਰੁਪਿੰਦਰ ਚਾਹਲ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਉਹਨਾਂ ਦਾ ਨੰਬਰ ਮੈਂ ਔਨਲਾਈਨ ਤਾਂ ਨਹੀਂ ਸ਼ੇਅਰ ਕਰ ਰਹੀ ਕਿਉਂਕਿ ਸ਼ੀ ਇਜ਼ ਵੈਰੀ ਗੁੱਡ ਲੁਕਿੰਗ ਅਤੇ ਮੈਂ ਨਹੀਂ ਚਾਹੁੰਦੀ ਉਹਨਾਂ ਦੇ ਮਗਰ ਅੱਛੇ 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 ਗੁੱਡ ਲੁਕਿੰਗ ਬੰਦੇ ਪੈ ਜਾਣ, ਬੋਇਜ਼ ਪੈ ਜਾਣ। ਅਤੇ ਐਨੀਵੇਜ਼ ਆਮ ਜੋਕ ਕਰ ਰਹੀ ਹਾਂ, ਅਤੇ ਉਹਨਾਂ ਨੂੰ ਪੁੱਛ ਕੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਏਗਾ। ਪਰ ਡੂ ਫਾਲੋ ਫਾਲੋ ਹਰ ਔਨ ਫੇਸਬੁੱਕ ਰੁਪਿੰਦਰ ਚਾਹਲ, ਅਤੇ ਉਹਨਾਂ ਨੂੰ ਤੁਸੀਂ ਮੈਸੇਜ ਪਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਅਸੀਂ ਫੀਡਬੈਕ ਦਿਓ ਤਾਂ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਕਲੂਡ ਕਰਕੇ ਰੱਖੀਏ। ਅਸੀਂ ਹਰ ਸਾਲ ਮਿਲਦੇ ਹਾਂ, ਬੱਚਿਆਂ ਨੂੰ ਮਿਲਦੇ ਹਾਂ, ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣੀ ਕਮਿਊਨਿਟੀ ਲਈ ਅਸੀਂ ਕੁਝ ਕਰ ਸਕੀਏ ਔਰ ਆਪਣੇ ਕਲਚਰ ਨੂੰ ਔਰ ਆਪਣੇ ਫੋਕ ਨੂੰ ਅੱਗੇ ਲੈ ਕੇ ਜਾਈਏ ਔਰ ਉਹ ਪਰਦੇਸ ਨੂੰ ਆਪਣਾ ਦੇਸ਼ ਬਣਾਈਏ। ਮਕਸਦ ਇਹੀ ਹੈ, ਔਰ ਅੱਜ ਵੀਡੀਓ ਦਾ ਵੀ ਇਹੀ ਮਕਸਦ ਸੀਗਾ ਕਿ ਮੈਂ ਐਂਡ ਮੋਮੈਂਟ ਦੀ ਵੇਟ ਕਰ ਰਹੀ ਸੀ ਕਿ ਕੀ ਕਰੀਏ ਕੀ ਕਰੀਏ। ਹੁਣ ਤਾਂ ਨਵੰਬਰ ਵੀ ਆ ਗਿਆ ਔਰ ਕਰੋਨਾ ਦਾ ਕੋਈ ਜਾਨ ਦਾ ਲੱਭ ਨਹੀਂ ਰਿਹਾ ਕੋਈ ਸੋਲਿਊਸ਼ਨ, ਔਰ ਹੁਣ ਤਾਂ ਕਹਿ ਰਹੇ ਨੇ ਕਿ ਸੈਕਿੰਡ ਵੇਵ ਸ਼ੁਰੂ ਹੋ ਗਈ ਹੈ ਵਾਸ਼ਿੰਗਟਨ ਡੀਸੀ ਜਾਂ ਅਮੈਰੀਕਾ ਦੇ ਵਿੱਚ। ਸੋ ਇਸ ਕਰਕੇ ਹੁਣ ਫਿਰ ਮੈਂ ਬੜੇ ਹੈਵੀ ਹਾਰਟ ਨਾਲ ਅਸੀਂ ਸਾਰੀ ਟੀਮ ਨੇ ਸੋਚਿਆ ਹੈਗਾ PW ਦੀ ਕਿ ਅਸੀਂ ਇਸ ਸਾਲ ਮੇਲਾ ਨਹੀਂ ਕਰ ਰਹੇ। ਸੋ ਲੋ ਜੀ, ਅਗੇਨ ਵੈਰੀ ਸੌਰੀ ਇਨ ਐਡਵਾਂਸ ਕਿ ਮੇਲਾ ਨਹੀਂ ਹੋ ਰਿਹਾ, ਲੇਕਿਨ ਕੀ ਕਰੀਏ, ਕਹਿੰਦੇ ਨੇ ਵਕਤ ਵਿਚਾਰਨਾ ਹੀ ਅਕਲਮੰਦੀ ਹੁੰਦਾ। ਸੋ ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰਾਖਾ।